ਬੜੂ ਸਾਹਿਬ ਕਲਗੀਧਰ ਟਰੱਸਟ ਨੂੰ ਉਸ ਵੇਲੇ ਵੱਡੀ ਰਾਹਤ ਮਿਲੀ ਜਦੋਂ ਸੰਗਰੂਰ ਦੇ ਚੀਮਾ ਸਾਹਿਬ ਅਕਾਲ ਅਕੈਡਮੀ ਪ੍ਰਬੰਧ ਦੇ ਵਿੱਚ ਵੱਡੇ ਪੱਧਰ 'ਤੇ ਹੋਈ ਗੜਬੜੀ ਦੇ ਖਿਲਾਫ ਅਕਾਲ ਅਕੈਡਮੀ ਦੇ ਮੁੱਖ ਸੇਵਾਦਾਰ ਜੈਵਿੰਦਰ ਸਿੰਘ, ਪ੍ਰਿੰਸੀਪਲ ਬਲਜੀਤ ਕੌਰ ਅਤੇ ਸੀਨੀਅਰ ਅਕਾਊਂਟੈਂਟ ਜਸਵਿੰਦਰ ਸਿੰਘ ਦੇ ਖਿਲਾਫ FIR ਦਰਜ ਕਰ ਲਈ ਗਈ। ਇਹਨਾਂ ਵਿਅਕਤੀਆਂ 'ਤੇ ਧਾਰਾ 406, 408, 420 ਅਤੇ 120B IPC ਦੇ ਅਧੀਨ ਥਾਣਾ ਚੀਮਾ ਦੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੜੂ ਸਾਹਿਬ ਸੰਸਥਾ ਵੱਲੋਂ ਅਕਾਲ ਅਕੈਡਮੀ ਚੀਮਾ ਦੇ ਮੁੱਖ ਸੇਵਾਦਾਰ ਜੈਵਿੰਦਰ ਸਿੰਘ ਖਿਲਾਫ ਪਿਛਲੇ ਕਈ ਦਿਨਾਂ ਤੋਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਕਿ ਸੰਸਥਾ ਦੇ ਪ੍ਰਬੰਧ ਵਿੱਚ ਵਿੱਤੀ ਗੜਬੜੀਆਂ ਹੋਈਆਂ ਨੇ। ਸੰਸਥਾ ਦੇ ਵੱਲੋਂ ਸਰਕਾਰ ਨੂੰ ਵੀ ਯਾਦ ਪੱਤਰ ਦੇ ਕੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ। ਸੰਸਥਾ ਵੱਲੋਂ ਇਹ ਵੀ ਦੋਸ਼ ਲਗਾਇਆ ਗਿਆ ਸੀ ਕਿ ਅਕਾਲ ਅਕੈਡਮੀ ਚੀਮਾ 'ਤੇ ਜ਼ਬਰਦਸਤੀ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਰਚਾ ਤਾਂ ਦਰਜ ਕਰ ਲਿਆ, ਪਰ ਪ੍ਰਬੰਧਕਾਂ ਦੀ ਮੰਗ ਹੈ ਕਿ ਮਾਮਲੇ 'ਚ ਸ਼ਾਮਿਲ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਏ ਅਤੇ ਅਕੈਡਮੀ ਦੇ ਵਿੱਚ ਕਿਸੇ ਬਾਹਰੀ ਦਖਲ ਨੂੰ ਵੀ ਰੋਕਿਆ ਜਾਵੇ। ਗੌਰਮੈਂਟ ਇੰਡੀਆ ਦੇ ਮੁਤਾਬਕ ਜੋ ਲੂਰ ਆ, ਅਕੈਡਮੀ ਦਾ ਪੈਸਾ ਪਹਿਲੇ ਬੈਂਕ ਜਾਏਗਾ ਸਾਡੇ ਟਰੱਸਟ 'ਚ, ਅਤੇ ਟਰੱਸਟ ਫਿਰ ਅੱਗੇ ਖਰਚ ਕਰ ਸਕਦਾ। ਅਕੈਡਮੀ ਦਾ ਪੈਸਾ ਡਾਇਰੈਕਟ ਪ੍ਰਿੰਸੀਪਲ ਨਹੀਂ ਕਰ ਸਕਦੀ, ਕੋਈ ਹੋਰ ਨਹੀਂ ਕਰ ਸਕਦਾ। ਅਤੇ ਇਸ ਨੇ ਕੋਈ ਕਦੇ ਖਰਚ ਕਰਨਾ ਸੀ 24 ਲੱਖ ਰੁਪਇਆ, ਹੈ ਇਸ ਨੇ ਕੀ ਕੀਤਾ ਵੀ ਉਹ ਆਪਣੇ ਅਕੈਡਮੀ 'ਚੋਂ, ਜਿਹੜੇ ਗੌਰਮੈਂਟ ਅਕੈਡਮੀ 'ਚੋਂ ਲਿਆ ਹੈ। ਅਕੈਡਮੀ ਦਾ ਜਿਹੜਾ ਪੈਸਾ 24 ਲੱਖ ਜਾਣਾ ਚਾਹੀਦਾ ਸੀ, ਉਹ ਬੈਂਕ 'ਚ ਜਾਣਾ ਸੀ। ਇਹ ਇਸ ਤਰ੍ਹਾਂ ਲੈ, ਇਹਨੂੰ ਕਹਿੰਦੇ ਐਂਬੈਜ਼ਲਮੈਂਟ, ਗਵਨ ਦਾ ਕੇਸ ਬਣਦਾ। ਉਹ ਅਸੀਂ ਇਹਨੂੰ ਵਾਰਨਿੰਗ ਦੇ ਕੇ ਪੋਲਿਸ਼ ਕਰਨਾ ਚਾਹੁੰਦੇ ਸੀ ਕਿ ਵਾਰਨਿੰਗ ਦੇ ਕੇ ਠੀਕ ਕਰ ਲਈਏ, ਵੀ ਤਾਂ ਜੋ ਗੌਰਮੈਂਟ ਨੂੰ ਦੱਸ ਸਕੇ ਅਸੀਂ ਵਾਰਨਿੰਗ ਦੇ ਦਿੱਤੀ ਸੀ, ਇਹ ਕਰਤਾ ਇਹ ਕਰਤਾ। ਉਹ ਅਸੀਂ ਠੀਕ ਕਰਨੇ ਦੀ ਬਜਾਏ ਇਸ ਨੇ ਹੋਰ ਗਲਤ ਕਰਤਾ, ਇਸ ਨੇ ਰੌਲਾ ਪਾ ਦਿੱਤਾ। ਰੌਲਾ ਪਾ ਕੇ ਇੱਥੋਂ ਤੱਕ ਕਿ ਹੁਣ ਅਕੈਡਮੀ ਜਿਹੜੀ ਗੌਰਮੈਂਟ ਹੁੰਦੀ ਆ ਉੱਥੇ ਤਾਨਾ ਮਾਰਤਾ, ਸਾਨੂੰ ਨਹੀਂ ਜਾਣ ਦਿੱਤਾ। ਤਾਂ ਕਹਿਣ ਦਾ ਭਾਵ ਹੈ ਕਿ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹਦੇ ਮੁਤਾਬਕ ਅਕੈਡਮੀ ਨੇ ਚੱਲਣੀ ਆ। ਗੁਰਦੁਆਰਿਆਂ ਦਾ ਠੀਕ ਆ, ਗੁਰਦੁਆਰਿਆਂ ਦੇ ਬਥੇਰੇ ਕਬਜ਼ਾ ਹੁੰਦੇ ਰਹਿੰਦੇ ਨੇ, ਛੁੱਟਦੇ ਰਹਿੰਦੇ ਨੇ, ਪਰ ਗੌਰਮੈਂਟ ਦੀ ਅਕੈਡਮੀ ਉਹ ਵੀ ਸੈਂਟਰਲ ਗੌਰਮੈਂਟ ਦੀ ਹੋਵੇ, ਉਹਦੇ ਵਿੱਚ ਇਹੋ ਜਿਹਾ ਹੋਏ ਤਾਂ ਫਿਰ ਬਾਕੀ ਸਕੂਲਾਂ 'ਚ ਕੀ ਹੋਏਗਾ, ਬਾਕੀ ਯੂਨੀਵਰਸਿਟੀ 'ਚ ਕੀ ਹੋਏਗਾ, ਕਾਲਜਾਂ 'ਚ ਕੀ ਹੋਏਗਾ। ਉਹ ਤਾਂ ਜਿਹੜਾ ਮਰਜ਼ੀ ਉੱਠ ਕੇ ਕਿਹਨੂੰ ਕਹਿੰਦੇ ਨੇ ਕਰ ਲਵੇ। ਤਾਂ ਕਹਿਣ ਦਾ ਭਾਵ ਹੈ ਕਿ ਇਸ ਤਰ੍ਹਾਂ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਸਕਦੀ, ਬੱਚਿਆਂ ਦੀ ਪ੍ਰਸ਼ਾਸਨ ਨਹੀਂ ਠੀਕ ਚੱਲ ਜਾਂਦਾ। ਅਤੇ ਇਹਦਾ ਇਹ ਮਤਲਬ ਹੈ ਵੀ ਸਾਨੂੰ ਇਹ ਅਕੈਡਮੀਆਂ ਦੇ ਵਿੱਚ, ਆਪਣਾ ਕਾਲਜਾਂ ਵਿੱਚ ਜਾਂ ਯੂਨੀਵਰਸਿਟੀਆਂ 'ਚ ਕੋਈ ਦਖਲ ਨਹੀਂ ਦੇਣਾ ਚਾਹੀਦਾ, ਭਾਵੇਂ ਆਪਾਂ ਚਾਹੁੰਦੇ ਕਿ ਇੰਨੇ ਡਿਫਰੈਂਸ ਹੋਣ, ਇਹਨਾਂ ਨੂੰ ਠੀਕ ਚੱਲਣਾ ਚਾਹੀਦਾ। ਕਲਗੀਧਰ ਬੜੂ ਸਾਹਿਬ ਟਰੱਸਟ ਦੇ ਸੈਕਟਰੀ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਸੀ, ਜਿਹੜਾ ਉਹਨੇ ਕੰਪਲੇਂਟ ਦੇ ਵਿੱਚ ਐਲੀਗੇਸ਼ਨ ਲਾਇਆ ਸੀ ਵੀ ਜਿਹੜੇ ਇੱਥੇ ਬੱਚਿਆਂ ਦੀ ਜਿਹੜੀ ਸਕੂਲ ਫੀਸ ਹੈ ਜਿਹੜੇ ਅਕਾਲ ਅਕੈਡਮੀ ਦੀ, ਉਹਦਾ ਜਿਹੜਾ ਮਿਸਯੂਜ਼ ਕੀਤਾ ਗਿਆ। ਤਾਂ ਉਹਦੇ ਵਿੱਚ ਜਿਹੜੀ ਪ੍ਰੀਲਿਮਨਰੀ ਇਨਕੁਆਇਰੀ DSP ਸਬਡੀਅਨ ਸੁਨਾਮ ਨੇ ਕੀਤੀ ਹੈ, ਅਤੇ ਉਹਦੇ ਵਿੱਚ ਜਿਹੜਾ 3 ਬੰਦਿਆਂ ਦੇ ਖਿਲਾਫ ਜਿਹੜਾ ਜੈਵਿੰਦਰ ਸਿੰਘ, ਪ੍ਰਿੰਸੀਪਲ ਅਤੇ ਅਕਾਊਂਟੈਂਟ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ।